ਸਤਰੀਆ ਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਦ ਅੰਮ੍ਰਿਤ ਪ੍ਰਸਾਦ ਦੇ ਵਿਸ਼ ਪੱਧਰ ਚ ਫੈਲੇ ਹੋਏ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਚਰਚਾ ਚ ਬੜੀ ਮਹੱਤਵਪੂਰਨ ਵਿਸ਼ਾ ਲੈ ਕੇ ਆਏ ਆ ਉਹ ਵਿਸ਼ਾ ਇਸ ਗੱਲ ਨਾਲ ਸੰਬੰਧ ਰੱਖਦਾ ਹੈ ਕਿ ਸੁਖਬੀਰ ਬਾਦਲ ਤਨਖਾਈਆ ਕਿਹੜੀ ਮਾਨਸਿਕਤਾ ਨਾਲ ਇਹ ਪੋਲਿਟিক্যাল ਐਕਟੀਵਿਟੀਜ਼ ਕਰ ਰਿਹਾ ਹੈ ਉਸ ਮਾਨਸਿਕਤਾ ਨੂੰ ਪੰਥ ਨੂੰ ਤੇ ਜਨਤਾ ਨੂੰ ਸਮਝਣਾ ਚਾਹੀਦਾ ਕਿ ਇਹ ਕਿਹੜੀ ਮਾਨਸਿਕਤਾ ਹੈ ਜਿਸ ਨੂੰ ਉਹ ਪ੍ਰਗਟਾ ਰਿਹਾ ਹੈ ਤੇ ਇਸ ਦਾ ਕਿਹੜੇ ਸਮੇਂ ਨਾਲ ਕੀ ਸੰਬੰਧ ਹੈ ਇਹ ਜਾਣਨਾ ਦਰਸ਼ਕਾਂ ਲਈ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਸਰਬਉੱਚਤਮ ਸਮਝ ਕੇ ਹੈਂਕੜਵਾਦ ਨਾਲ ਮੈਦਾਨ ਵਿੱਚ ਉਤਰ ਆਇਆ ਔਰ ਜੋਰ ਸ਼ੋਸ਼ ਨਾਲ ਪੂਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗਾਂ ਵੀ ਰਚਾ ਰਿਹਾ ਹੈ ਅਤੇ ਰੈਲੀਆਂ ਵੀ ਕਰ ਰਿਹਾ ਹੈ ਐਡਰੈਸ ਅਤੇ ਇਸ ਉੱਪਰ ਚਰਚਾ ਕਰਨ ਤੋਂ ਪਹਿਲੇ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਅਮਰਤ ਪ੍ਰਸਾਰ ਨੂੰ ਸਬਸਕ੍ਰਾਈਬ ਕਰੋ ਇਸ ਦੀ ਬੈਲ ਆਈਕਨ ਦਬੋ ਤਾਂ ਜੇ ਜਿਹੜੀ ਵੀ ਵੀਡੀਓ ਅਸੀਂ ਪਾਈਏ ਉਹ ਵੀਡੀਓ ਸਿੱਧੀ ਤੁਹਾਨੂੰ ਉਸੇ ਵਕਤ ਉਸ ਦਾ ਸੁਨੇਹਾ ਮਿਲੇ ਔਰ ਤੁਸੀਂ ਨੂੰ ਲਾਈਕ ਵੀ ਕਰੋ ਤੇ ਮੇਰੀ ਇੱਕ ਹੋਰ ਗੁਜਾਰਿਸ਼ ਹੈ ਕਿ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਅਸੀਂ ਕੋਈ ਤੁਹਾਡੇ ਤੋਂ ਫਾਈਨੈਂਸ਼ੀਅਲ ਹੈਲਪ ਨਹੀਂ ਮੰਗ ਰਹੇ ਅਸੀਂ ਮਦਦ ਮੰਗ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਵੀਡੀਓ ਨੇ ਤੁਸੀਂ ਵੱਧ ਤੋਂ ਵੱਧ ਆਪਣੇ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਸਬੰਧੀਆਂ ਨਾਲ ਸ਼ੇਅਰ ਕਰੋ ਅਤੇ ਇਹਨਾਂ ਨੂੰ ਜਿੱਥੋਂ ਤੱਕ ਸ਼ੇਅਰ ਕਰਕੇ ਪਹੁੰਚਾ ਸਕਦੇ ਹੋ ਉਥੋਂ ਤੱਕ ਪਹੁੰਚਾਓ ਤਾਂ ਜੋ ਆਜ਼ਾਦ ਪੱਤਰਕਾਰੀ ਦਾ ਇਹ ਜੋ ਨਮੂਨਾ ਹੈ ਇਹ बन ਗੀਏ ਇਹਦੇ ਨਾਲ ਉਹਨਾਂ ਦੀ ਸਾਂਝ ਪੈ ਸਕੇ ਹੁਣ ਸ਼ੁਰੂ ਕਰਦੇ ਹਾਂ ਕਿ ਤਨਖਾਈਏ ਸੁਖਬੀਰ ਬਾਦਲ ਨੇ ਜਿਸ ਪ੍ਰਕਾਰ ਅਕਾਲ ਤਖਤ ਸਾਹਿਬ ਤੋਂ ਵਿਦਰੋਹੀ ਹੋ ਕੇ ਆਪਣਾ ਪ੍ਰਚਾਰ ਮੁਹਿੰਮ ਚਾਲੂ ਕਰ ਦਿੱਤੀ ਹੈ। ਔਰ ਜੋ ਜਿਵੇਂ ਮੈਂ ਉੱਪਰ ਦੱਸਿਆ ਸ਼ਰੋਣੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗਾਂ ਵੀ ਕਰ ਰਹੇ ਹਾਂ ਕਿਉਂਕਿ ਨਵੰਬਰ ਵਿੱਚ ਪ੍ਰਧਾਨ ਦੀ ਚੋਣ ਹੈ ਸ਼ਰੋਣੀ ਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਉਸ ਵਿੱਚ ਉਹਨਾਂ ਨੇ ਆਪਣਾ ਜੋ ਪ੍ਰਧਾਨ ਦਾ ਕੈਂਡੀਡੇਟ ਹੈ ਜੇ ਉਹ ਜਿਤਾਣੇ ਜੇ ਉਹ ਨਹੀਂ ਜਿੱਤਦਾ ਤਾਂ ਫਿਰ ਉਹਨਾਂ ਦੀ ਕੀ ਹੋਏਗੀ ਸਥਿਤੀ ਉਹ ਸਥਿਤੀ ਨੂੰ ਬਚਾਉਣ ਲਈ ਉਹ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਕੇ ਸਾਰਿਆਂ ਇੱਕ ਸਧਾਰਨ ਸਿਆਸੀ ਲੀਡਰ ਵਾਲੀਆਂ ਗਤੀਵਿਧੀਆਂ ਕਰ ਰਹੇ ਤਨਖਾਹੀਏ ਦਾ ਕੀ ਮਤਲਬ ਹੈ ਤਨਖਾਹੀਏ ਦੇ ਨਾਮ ਜਦ ਹੋਣ ਤੋਂ ਬਾਅਦ ਜਦੋਂ ਤੁਹਾਨੂੰ ਤਨਖਾਹੀਆ ਡਿਕਲੇਅਰ ਕਰਤਾ ਜਾਏ ਤਾਂ ਤਨਖਾਹੀਏ ਉੱਪਰ ਕੀ ਕੀ ਪਾਬੰਦੀਆਂ ਹੁੰਦੀਆਂ ਉਹ ਸੁਖਵੀਰ ਬਾਦਲ ਕਬੂਲ ਕਰਨ ਨੂੰ ਤਿਆਰ ਨਹੀਂ 45 ਦਿਨ ਤਾ ਉਹ ਚੁੱਪ ਰਹੇ ਪਰ 45 ਦਿਨਾਂ ਬਾਅਦ ਉਹ ਬੜੀ ਧੂਮ-ਤਾਮ ਨਾਲ ਸਿਆਸੀ ਦੰਗਲ ਵਿੱਚ ਦਾਖਲ ਹੋ ਗਏ ਉਹਨਾਂ ਨੂੰ ਉਹਨਾਂ ਦੇ ਚਮਚੇ ਸਰਦਾਲੂ ਅਕਾਲੀ ਦਲ ਦੇ ਉਹਨਾਂ ਦੇ ਪਿੱਠੂ ਉਹਨਾਂ ਨੂੰ ਹਾਰ ਵੀ ਪਾ ਰਹੇ ਅਤੇ ਉਹਨਾਂ ਦੇ ਹੱਕ ਵਿੱਚ ਨਾਰੇ ਵੀ ਲਾ ਰਹੇ ਤੋਂ ਫੇਰੇ ਸਮਝ ਨਹੀਂ ਆਈ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਧੜ ਨੂੰ ਕਿਉਂ ਇਹ ਪਦਵੀ ਦਿੱਤੀ ਗਈ ਤਾਂ ਉਹਨਾਂ ਦਾ ਹੋਣ ਕੀ ਕੰਮ ਹੈ ਕਿ ਕੀ ਉਹ ਵੇਲੇ ਹੋ ਚੁੱਕੇ ਨੇ ਇਹਨਾਂ ਸਾਰੀਆਂ ਗੱਲਾਂ ਤੇ ਅੱਗੇ ਗੱਲ ਕਰਦੇ ਆ ਤੁਹਾਨੂੰ ਇਹ ਦੱਸਣ ਦੀ ਬੜੀ ਅਸੀਂ ਲੋੜ ਸਮਝਦੇ ਆ ਕਿ ਸੁਖਬੀਰ ਬਾਦਲ ਦੀ ਜਿਹੜੀ ਮਾਨਸਿਕਤਾ ਸੀ 2015 ਚ ਜਦੋਂ ਗੁਰਮੀਤ ਰਾਮ ਰਹੀਮ ਨੂੰ ਉਹਨਾਂ ਨੇ ਅਕਾਲ ਤਖਤ ਤੋਂ ਬਾ ਮਰੋੜ ਕੇ ਗਿਆਨੀ ਗੁਰਬਚਨ ਸਿੰਘ ਅਤੇ ਉਹਦੇ ਨਾਲ ਹੋਰ ਜੋ ਚਾਰ ਸਿੰਘ ਸਬਾਨ ਸਨ ਉਹਨਾਂ ਤੋਂ ਉਸ ਨੂੰ ਮਾਫੀ ਦਿਵਾਈ ਉਸ ਮਾਫੀ ਦਿਵਾਨ ਵਿੱਚ ਜਿਵੇਂ ਕਿ ਤੁਹਾਨੂੰ ਪਹਿਲੇ ਹੀ ਪਤਾ ਹੈ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਇਨਵੋਲਡ ਸਨ ਉਹ ਸਾਰੀ ਕੌਨਸਪਰੇਸੀ ਜਿੱਥੇ ਡਾਕਟਰ ਦਲਜੀਤ ਚੀਮਾ ਔਰ ਹੋਰ ਕਈ ਬੰਦੇ ਤਾਂ ਨਾਮ ਆ ਰਹਿਆ ਨਰਜਰਨ ਬੈਂਸ ਦਾ ਵੀ ਜੋ ਮੀਡੀਆ ਐਡਵਾਈਜ਼ਰ ਰਿਹਾ ਔਰ ਇਹ ਸਾਰੀ ਮਾਨਸਿਕਤਾ ਜੋ ਕਿ ਬਦਲਣੀ ਚਾਹੀਦੀ ਸੀ ਜਦੋਂ ਅਕਾਲ ਤਖਤ ਸਾਹਿਬ ਜੀ ਨੇ ਐਸੇ ਮੁੱਦੇ ਉੱਤੇ ਉਹਨਾਂ ਨੂੰ ਤਨਖਾਈ ਐ ਡिक्लेअर ਕੀਤਾ ਜਿਹੜੀਆਂ ਚਾਰ ਉਹਨਾਂ ਤੇ ਦੋਸ਼ ਹਨ ਉਹਨਾਂ ਚੋਂ ਸਭ ਤੋਂ ਵੱਜਰ ਦੋਸ਼ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਗੁਨਾਹ ਬਹੁਤ ਵੱਡਾ ਗੁਨਾਹ ਉਹ ਐਸਸੀ ਕੇ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਬਾਹ ਮੋੜ ਕੇ ਤਾਂ ਇਹ ਫੈਸਲਾ ਕਰਵਾਇਆ ਮਾਫੀ ਦਾ ਲੇਕਿਨ ਸਿੱਖ ਪੰਥ ਦੀ ਮਾਨਸਿਕਤਾ ਨੂੰ ਪ੍ਰਕਾਸ਼ ਸਿੰਘ ਬਾਦਲ ਵੀ ਨਾ ਸਮਝੇ ਅਤੇ ਨਾ ਹੀ ਇਹ ਵਪਾਰੀ ਟੋਲਾ ਸਮਝਿਆ ਇਹ ਵਪਾਰੀ ਮਾਨਸਿਕਤਾ 'ਚ ਫੈਸਲਾ ਹੋਇਆ ਸੀ ਕਿਉਂਕਿ ਇਹਦੇ ਵਿੱਚ ਇੱਕ ਫਿਲਮ ਦੀ ਕਹਾਣੀ ਵੀ ਇਨਵੋਲਡ ਸੀ ਕਿ ਉਹ ਫਿਲਮ ਚੱਲੇਗੀ ਉਹਦਾ ਪ੍ਰਾਫਿਟ ਹੋਏਗਾ ਬਲਾ ਬਲਾ ਮੈਂ ਕਈ ਗੱਲਾਂ ਨਹੀਂ ਕਹਿ ਰਿਹਾ ਪਰ ਤੁਸੀਂ ਆਪਣੇ ਵਿਵੇਕ ਨਾਲ ਸਮਝ ਰਹੋ ਕਿ ਉਸ ਵਿੱਚ ਕੋਈ ਜਿਹੜੀ ਆਮਦਨੀ ਹੋਣੀ ਸੀ ਉਹ 300 ਕਰੋੜ ਰੁਪਏ ਸੀ ਜਿਸ ਦੇ ਕਿ ਫਲੈਕਸ ਵਗੈਰਾ ਲੱਗ ਗਏ ਪੰਜਾਬ ਵਿੱਚ ਪਰ ਪੰਥ ਜਿਹੜਾ ਸੀਗਾ ਉਸ ਨੇ ਇਸ ਫੈਸਲੇ ਪ੍ਰਤੀ ਅਜੀਬਾ ਨਜ਼ਰੀਆ ਅਪਣਾਇਆ ਇੰਨਾ ਰੋਸ ਪ੍ਰਗਟ ਕੀਤਾ ਕਿ ਬਗਾਵਤ ਦੀ ਸੰਭਾਵਨਾ ਨੂੰ ਦੇਖਦੇ ਹੋਏ ਪ੍ਰਕਾਸ਼ ਸਿੰਘ ਬਾਦਲ ਦੀ ਵੀ ਹਿਲ ਗਏ ਉਹਨਾਂ ਨੂੰ ਐ ਲੱਗਿਆ ਕਿ ਉਹਨਾਂ ਦੀ ਆਖਰੀ ਉਮਰ ਚ ਬੜੀ ਮਿੱਟੀ ਪਲੀਟ ਹੋਏਗੀ ਤਾਂ ਉਹਨਾਂ ਨੇ ਇਹ ਸੋਚਿਆ ਵੀ ਨਹੀਂ ਇਹਨੂੰ ਰਿਵਰਸ ਕਰ ਦਿਓ ਤਾਂ ਰਿਵਰਸ ਦੀ ਕਾਰਵਾਈ ਕੀਤੀ ਗਈ ਸੋ ਇੱਥੇ ਮੈਂ ਇਹ ਦੱਸਣਾ ਚਾਹਨਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਯਾਨੀ ਗਿਆਨੀ ਰਗबीर ਸਿੰਘ ਜੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤਖਸਰੀ ਕੇਸਗੜ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੁਲਤਾਨ ਸਿੰਘ ਜੀ ਇਸ ਗੱਲ ਨੂੰ ਸਮਝ ਲੈਣ ਕਿ ਪੰਥ ਜਿਹੜਾ ਉਹ ਸੁਪਰੀਮ ਹੈ ਜੇਕਰ ਪੰਥ ਖੜਾ ਜਾਏ ਹਕਾਲ ਤੱਕ ਦੇ ਗਲਤ ਫੈਸਲੇ ਦੇ ਵਿਰੁੱਧ ਤਾਂ ਜਥੇਦਾਰ ਨੂੰ ਆਪਣਾ ਫੈਸਲਾ ਬਦਲਣਾ ਪੈਂਦਾ ਜੇਕਰ ਫੈਸਲਾ ਨਹੀਂ ਬਦਲਦੇ ਤਾਂ ਫਿਰ ਉਹਨਾਂ ਦੀ ਜੋ ਹਾਲਤ ਹੁੰਦੀ ਏ ਉਹ ਤੁਹਾਨੂੰ ਪਤਾ ਹੈ ਇੱਥੇ ਮੈਂ ਬਹੁਤੀ ਐਕਸਪਲੇਨੇਸ਼ਨ ਨਹੀਂ ਦੇਣਾ ਚਾਹੁੰਦਾ ਸੋ ਹੁਣ ਜੋ ਸੁਖਬੀਰ ਬਾਦਲ ਤਨਖਾਇਆ ਇਸ ਵੇਲੇ ਪੰਜਾਬ ਵਿੱਚ ਕਰ ਗਿਆ ਔਰ ਜਿਸ ਤਰ੍ਹਾਂ ਮੀਟਿੰਗਾਂ ਕਰ ਲਿਆ ਉਹਦੇ ਉੱਤੇ ਤਨਖਾਈਆ ਹੋਣ ਦਾ ਉਹਦੀ ਮਾਨਸਿਕਤਾ ਤੇ ਉਹਦੇ ਮੂਡ ਤੇ ਉਹਦੇ ਬਿਹੇਵੀਅਰ ਦੇ ਉਹਦੇ ਸਿਆਸੀ ਮੂਡ ਤੇ ਕਿਸੇ ਕਿਸਮ ਦਾ ਕੋਈ ਪ੍ਰਭਾਵ ਨਹੀਂ ਕੋਈ ਡਰ ਨਹੀਂ ਕੋਈ ਭੈ ਨਹੀਂ ਉਹਦਾ ਕਾਰਨ ਇਹ ਹੈ ਕਿ ਇੱਕ ਵਪਾਰੀ ਮਾਨਸਿਕਤਾ ਦਾ ਮਾਲਕ ਹੈ ਇਹ ਸੋਚ ਹੈ ਯੂਐਸਏ ਤੋਂ ਇਹਦੇ ਪਿਤਾ ਨੇ ਇਹਨੂੰ ਪੜਾਈ ਵੀ ਐਮਬੀਏ ਕਰਵਾਈ ਸੋ ਇਸ ਨੇ ਅਕਾਲ ਤਖਤ ਸਾਹਿਬ ਦਾ ਜੋ ਬਵਾਰੀ ਕਰਨ ਕਰਨ ਦਾ ਯਤਨ ਕੀਤਾ ਉਸ ਵਿੱਚ ਹੁਣ ਵੀ ਪਿੱਛੇ ਨਹੀਂ ਹਟ ਰਿਹਾ ਇਸੇ ਮਾਨਸਿਕਤਾ ਦੇ ਅਧੀਨ ਉਹ ਹੁਣ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੱਕ ਜਿਹਨੂੰ ਕਹਿੰਦੇ ਘਮੰਡ ਵਿੱਚ ਖੜਾ ਹੋ ਗਿਆ ਇਹ ਜੋ ਰੂਪ ਉਹ ਪੇਸ਼ ਕਰ ਰਿਹਾ ਸੁਖਬੀਰ ਤਨਖਾਇਆ ਉਹ ਇੱਕ ਉਹ ਜੜ੍ਹ ਬਉ ਬਲੀ ਵਾਲਾ ਰੂਪ ਹੈ ਜੋ ਹਿੰਦੀ ਫਿਲਮਾਂ ਦੇ ਤੁਸੀਂ ਬਉ ਬਲੀ ਦੇਖਦੇ ਹੋ ਉਦਾਂ ਦੀ ਸਭ ਪਾਸੇ ਸਰਵ ਉੱਚ ਹੁੰਦੇ ਔਰ ਉਹਨਾਂ ਦੀ ਸਭ ਪਾਸੇ ਚੜਤ ਆਉਂਦੀ ਇਹ ਜੋ ਨਵਾਂ ਸਵਾਲ ਪੈਦਾ ਹੋਇਆ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਤੇ ਸੁਖਬੀਰ ਬਾਦਲ ਦਾ ਸਿਆਸੀ ਗਤੀਵਿਧੀਆਂ ਵਿੱਚ ਤਿੱਖੇ ਤੌਰ ਤੇ ਪੂਰੀ ਖੁਸ਼ੀ ਨਾਲ ਪੂਰੇ ਜਿਹਨੂੰ ਕਹਿੰਦੇ ਜੋਬਨ ਚ ਨਖਾਰ ਚ ਪੇਸ਼ ਹੋਣਾ ਤੇ ਇਹ ਸੁਨੇਹਾ ਦੇਣਾ ਜਿਹੜੇ ਉਹਨਾਂ ਨੂੰ ਸੁਣਨ ਵਾਲੇ ਪਹੁੰਚੇ ਹੁੰਦੇ ਨੇ ਬਦਲ ਕਾਲੀਦਲ ਦੇ ਵਰਕਰ ਲੀਡਰ ਕਿ ਮੈਨੂੰ ਕੁਝ ਵੀ ਨਹੀਂ ਹੋਇਆ ਮੇਰੇ ਤੇ ਕੋਈ ਅਸਰ ਨਹੀਂ ਇਹ ਉਹ ਪ੍ਰਭਾਵ ਗ੍ਰਹਿਣ ਕਰਾ ਰਿਹਾ ਜੋ ਕਿ ਬੜਾ ਖਤਰਨਾਕ ਹੈ ਸਿੱਖ ਪੰਥ ਲਈ ਸੋ ਸਿੱਖ ਪੰਥ ਦੀ ਇਹ ਜਿਹੜੀ ਆਤਮਾ ਤੇ ਮਾਨਸਿਕਤਾ ਉਹਦੇ ਉੱਪਰ ਉਹ ਜ਼ਖ਼ਮ ਮਾਰ ਰਿਹਾ ਹੈ ਇਹ ਜੋ ਉਸ ਦੀ ਭਾਵਨਾ ਹੈ ਕਿ ਸਿੱਖ ਸੰਸਥਾਵਾਂ ਵਿੱਚੋਂ ਕੀ ਸਿਆਸੀ ਲੀਡਰ ਸਰਬਉੱਚਤਮ ਹੈ ਕਿ ਉਹਦੀ ਅਧਿਕਾਰ ਸ਼ਕਤੀ ਸਿੱਖ ਸੰਸਥਾਵਾਂ ਨਾਲੋਂ ਜ਼ਿਆਦਾ ਕੀ ਉਹ ਬਹੁਬਲੀ ਹੈ ਇਹ ਸਾਰੀਆਂ ਗੱਲਾਂ ਦਾ ਜਵਾਬ ਸਿੱਖ ਪੰਥ ਮੰਗ ਰਿਹਾ ਔਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਚੁੱਪ ਕਿਉਂ ਬੈਠੇਨ ਜਿਹੜਾ ਉਹਨਾਂ ਨੇ ਹੁਕਮਨਾਮਾ ਈਸ਼ੂ ਕੀਤਾ ਉਸ ਨੂੰ ਜਨਤਕ ਕਿਉਂ ਨਹੀਂ ਕਰਦੇ ਇਹ ਜਨਤਕ ਨਾ ਕਰਨ ਪਿੱਛੇ ਸਿੱਖ ਸੰਗਤਾਂ ਸਿੱਖ ਪੰਥ ਕੋਈ ਅਜਿਹੀ ਸੋਚ ਨੂੰ ਸਮਝ ਰਿਹਾ ਜਿਹੜਾ ਕਿ ਮੈਂ ਭੱਦਾ ਸ਼ਬਦ ਵਰਤਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਵਿੱਚ ਸਿੱਖ ਕੌਮ ਦੀ ਮਹਾਨ ਸ਼ਖੀਅਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਅਤੇ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਬੀ ਇਸ ਵਿੱਚ ਇਨਵੋਲਵ ਹਨ ਉਹਨਾਂ ਬਾਰੇ ਕੁਝ ਅਜੇ ਸ਼ਬਦ ਵਰਤਨੇ ਮੈਂ ਯੋਗ ਨਹੀਂ ਸਮਝਦਾ ਇਹਨਾਂ ਹਸਤੀਆਂ ਬਾਰੇ ਪਰ ਜਿਸ ਪ੍ਰਕਾਰ ਸਰਬਉੱਚਤਾ ਦਾ ਪ੍ਰਭਾਵ ਦੇ ਰਿਹਾ ਹੈ ਸੁਖਬੀਰ ਬਾਦਲ ਤਨਖਾਇਆ ਇਹ ਤਾਂ ਇਹਦੇ ਬਾਰੇ ਅਕਾਲ ਤੱਕ ਸਭ ਨੂੰ ਨੋਟਿਸ ਲੈਣਾ ਪਏਗਾ ਤੇ ਲੈਣਾ ਚਾਹੀਦਾ ਹੁਣ ਗੱਲ ਇਹ ਹੈ ਕਿ ਬਈ ਜਿਹੜੀ ਮਾਨਸਿਕਤਾ ਬਦਲਣ ਲਈ ਉਹਨੂੰ ਤਨਖਾਇਆ ਬਣਾ ਕੇ ਉਹਨੂੰ ਤਨਖਾਹ ਲਾਣੀ ਸੀ ਉਸ ਮੰਨਤਾ ਨੂੰ ਤਾਂ ਉਹ ਛੱਡਣ ਨੂੰ ਤਿਆਰ ਹੀ ਨਹੀਂ ਉਹਦਾ ਕਾਰਨ ਇਹ ਹੈ ਕਿ ਉਹਦੀ ਮਾਨਸਿਕਤਾ ਤਾਂ ਸਿਆਸਤ ਦਾ ਵਪਾਰੀਕਰਨ ਕਰਨ ਦੀ ਹੈ ਜਿਹੜਾ ਕਿ 10 ਸਾਲ ਉਹਨੇ ਆਪਣੇ ਪਿਤਾ ਦੀ ਛੱਤਰਛਾਇਆ ਹੈਡ ਜੋ ਕਿ ਮੁੱਖ ਮੰਤਰੀ ਸੀ ਪੰਜਾਬ ਦੇ ਪ੍ਰਕਾਸ਼ ਸਿੰਘ ਬਾਦਲ 10 ਸਾਲ ਉਹਦਾ ਵਪਾਰੀਕਰਨ ਕੀਤਾ ਸੋ ਉਸਨੇ ਦਰبار ਸਾਹਿب ਸ੍ਰੀ ਸੱਚਕੰਡ ਸਾਹਿਬ ਹਰਮੰਦਰ ਸਾਹਿਬ ਤੋਂ ਜੋ ਸ਼ਬਦ ਕੀਰਤਨ ਹੁੰਦਾ ਉਸ ਦਾ ਵੀ ਵਪਾਰੀ ਕਰਨ ਨੂੰ ਉਸ ਨੇ ਨਹੀਂ ਛੱਡਿਆ ਅਤੇ جاری ਹੈ ਉਹਦੀ ਇਸ ਵਪਾਰੀ ਕਰਨ ਦੀ ਬਿਰਤੀ ਦੀ ਸਮਰੱਥਾ ਕਰ ਰਿਹਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋਗੇ ਪ੍ਰਦਾਨ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੂੰ ਹੁਣ ਵੀ ਆਸ ਹੈ ਕਿ ਨਵੰਬਰ ਚ ਮੂੜ ਹੋਈ ਚੋਣੇ ਜਾਣਗੇ ਪ੍ਰਧਾਨ ਉਹਨਾਂ ਨੂੰ ਪੁੱਸ ਪੈ ਗਿਆ ਪ੍ਰਧਾਨਗੀ ਦਾ ਕਿਉਂਕਿ ਉਹਦੇ ਨਾਲ ਜੋ ਹੋਰ ਸਾਰਾ ਕੁਝ ਹੈ ਔਰ 1000 ਕਰੋੜ ਰੁਪਏ ਤੋਂ ਉੱਪਰ ਜੋ ਬਜਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ ਦਾ ਉਸ ਦੀ ਵਰਤੋਂ ਦਾ ਉਹਨਾਂ ਕੋਲ ਅਧਿਕਾਰ ਆ ਜਾਂਦਾ ਸੋ ਗੱਲ ਇੱਥੇ ਤੱਕ ਨਹੀਂ ਹੈਗੀ ਗੱਲ ਇਹ ਵੀ ਹੈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਨ ਸਵਾਨ ਹਨ ਕਿ ਉਹਨਾਂ ਦੀ ਆਤਮਾ ਮਰ ਚੁਈ ਹੈ ਕਿ ਉਹਨਾਂ ਦੀ ਆਤਮਾ ਦਾ ਤੇ ਉਹਨਾਂ ਦਾ ਵੀ ਵਪਾਰੀਕਰਨ ਕਰ ਦਿੱਤਾ ਹੈ ਸੁਖਵੀਰ ਬਾਦਲ ਨੇ ਤੁਹਾਨੂੰ ਪਤਾ ਹੀ ਹੈ ਵਪਾਰੀਕਰਨ ਕਿਵੇਂ ਹੁੰਦਾ ਹੈ ਤੁਸੀਂ ਸਭ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਨੂੰ ਪਤਾ ਹੈ ਕਿ ਇਹ ਇੱਕ ਜਿਹੜੀ ਵੋਟਾਂ ਦਾ ਸਿਸਟਮ ਹੈ ਪਾਰਲੀਮੈਂਟ ਦੀਆਂ ਵੋਟਾਂ ਹੋਣ ਜਾਂ ਅਸੈਂਬਲੀ ਦੀਆਂ ਵੋਟਾਂ ਹੋਣ ਉਹਦੇ ਵਿੱਚ ਜਿਹੜੇ ਉਮੀਦਵਾਰ ਖੜੇ ਹੁੰਦੇ ਉਹਨਾਂ ਨੂੰ ਇੰਨਾ ਪੈਸਾ ਹੁੰਦਾ ਕਿ ਉਹ ਵੋਟਾਂ ਖਰੀਦਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਜਿਹੜਾ ਵੋਟਾਂ ਦਾ ਇਹ ਵਪਾਰੀਕਰਨ ਹੁੰਦਾ ਹੈ ਡੈਮੋਕ੍ਰੇਸੀ ਦਾ ਸਿਆਸੀ ਸਿਸਟਮ ਦਾ ਇਹ ਪੈਸੇ ਨਾਲ ਹੁੰਦਾ ਸੋ ਇਹ ਜਿਹੜੀ ਵਪਾਰੀਕਰਨ ਵਾਲੀ ਵਰਤੀ ਆ ਗਈ ਹੈ ਸਿੱਖ ਸਿਆਸਤ ਵਿੱਚ ਇਸ ਦਾ ਵੀ ਸਾਨੂੰ ਐਂਗਲ ਸਮਝਣਾ ਚਾਹੀਦਾ ਕਿ ਸਭ ਪਾਸੇ ਚੁੱਪਚਾਪ ਕਿਉਂ ਹੈ ਤੇ ਸਭ ਕੁਝ ਠੀਕ ਠਾਕ ਕਿਉਂ ਹੈ ਸੋ ਇਸ ਸਮੇਂ ਜੋ ਰੋਲ ਸੁਖਬੀੜ ਤਨਖਾਈਆ ਪਲੇ ਕਰ ਰਿਆ ਔਰ ਉਹਨਾਂ ਨੇ ਆਪਣਾ ਜੋ ਗਿੱਦੜਬਾ ਤੋਂ ਚੋਣ ਲੜਨ ਦਾ ਉਹਨਾਂ ਨੇ ਆਪਣਾ ਫੈਸਲਾ ਜਨਤਕ ਕਰ ਦਿੱਤਾ ਕੀ ਕੋਈ ਤਨਖਾਈਆ ਇਲੈਕਸ਼ਨ ਲੜ ਸਕਦਾ ਕੀ ਕੋਈ ਤਨਖਾਈਆ ਜਿਹੜੀ ਪਾਰਲੀਮੈਂਟ ਬੋਰਡ ਦੀ ਕਮੇਟੀ ਹੋਏਗੀ ਜਿੱਦੇ ਚ ਫੈਸਲਾ ਹੋਣਾ ਹੈ ਕਿ ਟਿਕਟ ਸੁਖਵੀਰ ਨੂੰ ਅਲਾਟ ਕੀਤੀ ਜਾਏ ਕਿਉਂਕਿ ਤਿੰਨ ਹੋਰ ਕੰਸਟੀਚੂਐਂਸੀਆਂ ਉਹਨਾਂ ਵਿੱਚ ਵੀ ਟਿਕਟਾਂ ਅਲਾਟ ਕੀਤੀਆਂ ਜਾਣੀਆਂ ਬਰਨਾਲਾ ਡੇਰਾ ਬਾਬਾ ਨਾਨਕ ਸੋ ਇਹ ਜੋ ਤਮਾਸ਼ਾ ਡਰਾਮਾ ਨਟੰਕੀ ਪੰਜਾਬ ਵਿੱਚ ਬਾਦਲ ਕਾਲੀ ਦਾਲ ਕਰ ਰਿਹਾ ਇਹ ਸਿੱਖ ਕੌਮ ਲਈ ਬੜੀ ਸ਼ਰਮਨਾਕ ਸਥਿਤੀ ਪੈਦਾ ਕਰ ਰਿਹਾ ਔਰ ਇਹਦੇ ਵਿੱਚ ਤਨਖਾਈਏ ਨਾਲ ਜਿਹੜੇ ਕੰਟੈਕਟ ਵੀ ਜਾ ਰਹੇਨ ਗੱਲਬਾਤ ਕਰ ਰਹੇਨ ਉਹਦੇ ਨਾਲ ਡਾਇਲੌਗ ਕਰ ਰਹੇਨ ਉਹਦੇ ਨਾਲ ਉਹਨੂੰ ਮਿਲਦੇ-ਗਿਲਦੇ ਉਹ ਤਾਂ ਹੁਣ ਜਨਤਾ 'ਚ ਮਿਲ ਹੀ ਰਹੇਨ ਉਹ ਇਸ ਕਰਕੇ ਮਿਲਨ ਦੀ ਜ਼ਰਤ ਕਰਦੇਨ ਕਿਉਂਕਿ ਬਾਹੂਬਲੀ ਸੁਖਬੀਰ ਬਾਦਲ ਨੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਤੇ ਸਿੰਘ ਸਹਿਬਾਨਾ ਨੇ ਉਹਦੀ ਜਿਹੜੀ ਮਾਨਸਿਕਤਾ ਸੀ ਉਹਦੇ ਵਿੱਚ ਪਰਿਵਰਤਨ ਲਿਆਣਾ ਸੀ ਉਹ ਪਰਿਵਰਤਨ ਤੇ ਤਾਂ ਹੀ ਆਣਾ ਸੀ ਜੇਕਰ ਤਨਖਾਹੀਆ ਸੁਖਵੀਰ ਬਾਦਲ ਤਨਖਾਹ ਤੇ ਲਾਇਆ ਜਾਂਦਾ ਔਰ ਉਸ ਨੂੰ ਸਮਝ ਆਂਦੀ ਕਿ ਉਹ ਹੁਣ ਕਿਸੇ ਨੂੰ ਮਿਲ ਗਿਲ ਨਹੀਂ ਸਕਦਾ 45 ਦਿਨ ਤਏ ਉਹਨੂੰ ਸਮਝ ਰਹੀ ਕਿ ਉਹ ਨਹੀਂ ਮਿਲ ਗਿਲ ਸਕਦਾ ਔਰ ਉਸਨੇ ਆਪਣੇ ਆਪ ਨੂੰ ਇਕਾਂਤ ਵਿੱਚ ਰੱਖਿਆ ਮੀਟਿੰਗਾਂ ਦੇ ਭਾਵੇਂ ਜੇ ਕਈਏ ਤੇ ਫੇਰ ਵੀ ਉਹ ਕਰਦੇ ਰਹੇ ਔਰ ਹੁਣ 20 ਜਨ ਤੱਕ ਕਰ ਰਹੇ ਔਰ ਇਸ ਦੀ ਆਲੋਚਨਾ ਸਭ ਤੋਂ ਪਹਿਲੇ ਜੋ ਕੀਤੀ ਹੈ ਕਿਉਂਕਿ ਤਨਖਾਈ ਇਹਦਾ ਜੋ ਡੈਫੀਨੀਸ਼ਨ ਹੈ ਉਸ ਵਿੱਚ ਜੋ ਇਸ ਤਰ੍ਹਾਂ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਹੋਏ ਹੁਕਮਨਾਮੇ ਦਾ ਜੋ ਨਰਾਦਰ ਕਰ ਰਿਹਾ ਹੈ ਸਭ ਤੋਂ ਪਹਿਲੇ ਇਹਦੇ ਤੇ ਇਤਰਾਜ਼ ਉਠਾਇਆ ਬੀਬੀ ਕਿਰਨ ਜੋਤਕੌਰ ਜੀ ਨੇ ਉਹ ਐਸਜੀਪੀਸੀ ਦੇ ਜਨਰਲ ਸੈਕਟਰੀ ਵੀ ਰਹਿ ਚੁੱਕੇ ਹਨ ਔਰ ਬੜੇ ਲੰਬੇ ਸਮੇਂ ਤੋਂ ਦੋ ਹਕਿਆਂ ਤੋਂ ਵੱਧ ਸਮਾਂ ਹੋ ਗਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਆ ਰਹੇ ਸੋ ਉਹਨਾਂ ਨੇ ਇਸ ਤੇ ਇਤਰਾਜ਼ ਦਿਖਾਇਆ ਇਸ ਦੀ ਆਲੋਚਨਾ ਕੀਤੀ ਹੈ ਲੇਕਿਨ ਜਥੇਦਾਰ ਸਬਾਨ ਤੇ ਉਹਨਾਂ ਦਾ ਕੋਈ ਅਸਰ ਨਹੀਂ ਹੋਇਆ ਇਸ ਤੋਂ ਬਾਅਦ ਹੁਣ ਜੋ ਨਵੇਂ ਹੋਰ ਅਕਾਲੀ ਸੁਧਾਰ ਲਹਿਰ ਦੇ ਮੈਂਬਰ ਮੈਦਾਨ 'ਚ ਆਏ ਹਨ ਉਹਨਾਂ 'ਚ ਆਏ ਹਨ ਦੋ ਨਾਂ ਸੁੱਚਾ ਸਿੰਘ ਛੋਟੇਪੁਰ ਐਕਸ ਮਿਨਿਸਟਰ ਹਨ ਔਰ ਉਹਨਾਂ ਦੇ ਨਾਲ ਬੀਬੀ ਪਰਮਜੀਤ ਕੌਰ ਲਾਂਡਰਾ ਜੀ ਉਹਨਾਂ ਨੇ ਵੀ ਇਸ ਉੱਪਰ ਇਤਰਾਜ਼ ਉਠਾਇਆ ਔਰ ਉਹਨਾਂ ਨੇ ਕਿਹਾ ਕਿ ਬੀ ਅਕਾਲ ਤਖਤ ਸਾਹਿਬ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਸੁਖਬੀਰ ਬਾਦਲ ਦੀਆਂ ਸਿਆਸੀ ਗਤੀਵਿਧੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੈਂਬਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਉੱਪਰ ਪਾਬੰਦੀ ਲਗਣੀ ਚਾਹੀਦੀ ਹੈ ਇਹ ਪਾਬੰਦੀ ਕਿਉਂ ਨਹੀਂ ਲੱਗ ਰਹੀ ਇਹ ਬੜਾ ਵੱਡਾ ਸਵਾਲ ਹੈ ਔਰ ਇਹਦੇ ਵਿੱਚ ਹੀ ਜੋ ਜਥੇਦਾਰ ਸਬੰਧੀਆਂ ਨੁਕਤਿਆ ਹੁੰਦੀਆਂ ਉਹਦੀ ਹੁੰਤਰ ਵੀ ਇਸੇ ਵਿੱਚ ਹੈ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹੀ ਕੁਝ ਕਰਦੀ ਹੈ ਜੋ ਜੋ ਕੁਝ ਬਾਦਲ ਅਕਾਲੀ ਦਲ ਦਾ ਪ੍ਰਧਾਨ ਉਹਨਾਂ ਨੂੰ ਕਹਿੰਦਾ ਤਾਂ ਹੁਣ ਤਾਂ ਅਕਾਲੀ ਦਲ ਬਾਦਲ ਦਾ ਪ੍ਰਧਾਨ ਤਨਖਾਈ ਹੈ ਸੋ ਇਸ ਚਰਚਾ ਰਾਈ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਸੁਖਵੀਰ ਨੇ ਆਪਣੀ ਮਾਨਸਿਕਤਾ ਨੂੰ ਬਿਲਕੁਲ ਨਹੀਂ ਬਦਲਿਆ ਉਹਦੇ ਉੱਤੇ ਤਨਖਾਈ ਹੈ ਉਸ਼ਤ ਹੋ ਜਾਣ ਦਾ ਉਸ ਨੂੰ ਤਨਖਾਈ ਆ ਕਹਿ ਦੇਿੰਦਾ ਉਹਦੇ ਤੇ ਕੋਈ ਅਸਰ ਨਹੀਂ ਔਰ ਇਸ ਗੱਲ ਦਾ ਨੋਟਿਸ ਅਕਾਲ ਤਖਤ ਅਤੇ ਸਿੰਘ ਸਭਾ ਨਾਲ ਨੂੰ ਲੈਣਾ ਚਾਹੀਦਾ ਹੈ ਨਹੀਂ ਤਾਂ ਫੇਰ ਜੋ ਪ੍ਰਕਾਰ ਲੋਕੀ ਅਕਾਲੀ ਦਲ ਤੋਂ ਨਿਰਾਸ਼ ਹੋ ਕੇ ਦੂਸਰੀਆਂ ਪਾਰਟੀਆਂ ਵੱਲ ਜਾ ਰਹੇ ਹਨ ਉਹਨਾਂ ਦਾ ਐਸਜੀਬੀਸੀ 'ਚ ਵੀ ਵਿਸ਼ਵਾਸ ਖਤਮ ਹੋ ਜਾਏਗਾ ਤੇ ਕਿਸੇ ਹੱਦ ਤੱਕ ਉਹਨਾਂ ਦਾ ਤੱਕ ਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਿਆਂ ਮੈਂ ਅਕਾਲ ਤਖਤ ਸਾਹਿਬ ਨਹੀਂ ਕਹਿ ਰਿਹਾ ਜਥੇਦਾਰ ਸਾਹਿਬ ਵਿੱਚ ਵੀ ਵਿਸ਼ਵਾਸ ਘਟ ਜਾਏਗਾ ਤੇ ਬਾਕੀ ਵੀ ਜਿਹੜੇ ਤਖਤਾਂ ਦੇ ਜਥੇਦਾਰਾਂ ਉਹਨਾਂ ਪ੍ਰਤੀ ਉਹਨਾਂ ਦਾ ਜਦੋਂ ਵਿਸ਼ਵਾਸ ਘਟੇਗਾ ਤਾਂ ਫਿਰ ਉਹਨਾਂ ਨੂੰ ਜਥੇਦਾਰ ਸਭਾ ਨੂੰ ਨਿਰਾਸ਼ਾ ਹੋਏਗੀ ਕਿ ਉਹਨਾਂ ਦਾ ਸਨਮਾਨ ਵੀ ਪੰਥਕ ਸਫਾ ਵਿੱਚ ਘਟ ਜਾਏਗਾ ਇਹ ਸਥਿਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਇਹ ਸਥਿਤੀ ਅਤੇ ਇਸ ਦਾ ਤੁਸੀਂ ਨਤੀਜਾ ਗਿਆਨੀ ਗੁਰਬਚਨ ਸਿੰਘ ਜਿਨ੍ਹਾਂ ਨੇ ਸਜ਼ਾ maaf ਕੀਤੀ ਸੀ ਗੁਰਮੀਤ RAM ਰਹੀਮ ਦੀ ਉਹਨਾਂ ਦਾ ਜੋ ਹਾਲ ਦੇਖ ਰਹੇ ਹੋ ਇਹ ਸਾਰਿਆਂ ਨੂੰ ਇਸ ਸਥਿਤੀ ਨੂੰ ਸਮਝਣਾ ਚਾਹੀਦਾ ਇਸ ਕਰਕੇ ਇਸ ਦਾ ਜਲਦੀ ਤੋਂ ਜਲਦੀ ਨਿਪਟਾਰਾ ਹੋਣਾ ਚਾਹੀਦਾ ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ ਅਤੇ ਜਲਦੀ ਹੀ ਅਸੀਂ ਤੁਹਾਨੂੰ ਇੱਕ ਹੋਰ ਮੱਤਵਪੂਰਨ ਮੁੱਦੇ ਤੇ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਸਾਨੂੰ ਆਗਿਆ ਦਿਓ ਧੰਵਾਦ ਸਤਿ ਸ੍ਰੀ ਅਕਾਲ